ਸਿਵ ਸਨਵਾਲ ਠਾਕਰੇ ਦੇ ਹਰਪ੍ਰੀਤ ਸਿੰਘ ਲਾਲੀ ਜੁੜੇ ਹੋਏ ਨੇ ਕੱਲ ਇਹਨਾਂ ਨੂੰ ਫੋਨ ਆ ਰਿਹਾ ਕੱਲ ਤੋਂ ਇਹਨਾਂ ਨੂੰ ਇਹ ਕਿਹਾ ਗਿਆ ਕਿ ਜਿੱਦਾਂ ਸਦੀਰ ਸੂਰੀ ਦਾ ਸੋਧਾ ਲਾਇਆ ਗਿਆ ਉਸੇ ਤਰ੍ਹਾਂ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਸਾਰੇ ਦਾ ਸੋਧਾ ਲਾਇਆ ਜਾਵੇਗਾ ਕੱਲ ਦੁਪਹਿਰੇ ਇੱਕ ਅਨਨੋਨ ਨੰਬਰ ਤੋਂ ਮੈਨੂੰ ਫੋਨ ਆ ਰਹੇ ਸੀ ਕਈ ਵਾਰੀ ਆਏ ਨੇ ਜਿਸ ਸੰਬੰਧੀ ਉਹਨਾਂ ਦੀ ਵਰਡਿੰਗ ਇੱਕ ਸੀ ਕਿ ਅਸੀਂ ਸੂਰੀ ਦਾ ਸੋਧਾ ਲਾਤਾ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਸੋਧਾ ਲਾਉਣਾ ਹੈ ਤੇਰੇ ਕੋਲ ਦੋ ਬੱਚੇ ਨੇ ਤੂੰ ਫਲਾਣੀ ਜਗ੍ਹਾ ਰਹਿੰਦਾ ਤੂੰ ਢਿਮਕੀ ਜਗ੍ਹਾ ਰਹਿੰਦਾ ਇਸ ਤਰ੍ਹਾਂ ਸੋਧਾ ਲਾਉਣਾ ਆਪਣੀ ਬਾਂਦਰ ਸੈਨਾ ਨੂੰ ਬੰਦ ਕਰ ਲਓ ਆਪਣੀਆਂ ਦੁਕਾਨਦਾਰੀਆਂ ਨੂੰ ਬੰਦ ਕਰ ਲਓ ਅਤੇ ਮੈਂ ਉਹਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਜੀ ਮੈਂ ਚਾਹੇ ਜਿੱਥੇ ਤੂੰ ਕਹਿੰਦਾ ਸੂਰੀ ਦਾ ਸੋਧਾ ਲਾਇਆ ਇਹ ਤੁਸੀਂ ਕੋਈ ਸੋਧਾ ਲਾਉਣ ਵਾਲੇ ਨਹੀਂ ਹੈਗੇ ਸੋਧਾ ਲਾਉਣਾ ਇਹਦੀਆਂ ਗੱਲਾਂ ਕੁਛ ਹੋਰ ਹੁੰਦੀਆਂ ਨੇ ਤੁਸੀਂ ਤਾਂ ਜਦੋਂ ਬੰਦੇ ਦਾ ਟਾਈਮ ਪੂਰਾ ਹੋ ਜਾਂਦਾ ਉਹਨੂੰ ਟਾਈਮ ਜਿੰਨਾ ਕੁ ਲਿਖਿਆ ਸੀ ਉਹ ਆਪਣੀ ਜ਼ਿੰਦਗੀ ਭੋਗ ਕੇ ਉਦੋਂ ਤੁਸੀਂ ਉਦੋਂ ਉਲਟਾ ਕ੍ਰੈਡਿਟ ਲੈਣਾ ਚਾਹੁੰਦੇ ਹੋ ਵੀ ਅਸੀਂ ਸੋਧਾ ਲਾਇਆ ਤੁਸੀਂ ਕੋਈ ਪਰਮਾਤਮਾ ਉੱਤੋਂ ਨਹੀਂ ਜੋ ਪਰਮਾਤਮਾ ਨੇ ਜਿੰਨੀ ਕਿਸਮਤ 'ਚ ਲਿਖੀ ਹੈ ਉਨੀ ਹੋਣੀ ਹੈ ਤਾਂ ਆਨੇ ਬਾਨੇ ਬਣ ਜਾਂਦੇ ਨੇ ਹੁਣ ਮੇਰੀ ਕਿਸਮਤ 'ਚ ਇਹ ਮੰਨ ਲਓ ਵੀ 50 ਸਾਲ ਦੀ ਲਿਖੀ ਹੈ ਕੱਲ੍ਹ ਮੈਂ ਮਰਦਾ ਵੀ ਹਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਮੈਨੂੰ ਉਹੀ ਮਾਰਨਗੇ ਆਪਣੀ ਜ਼ਿੰਦਗੀ ਹੈ ਤਾਂ ਖਤਮ ਹੋਣੀ ਹੈ ਨਹੀਂ ਉਹਨਾਂ ਨੇ ਕਿਹੜਾ ਕੋਈ ਠੇਕਾ ਥੋੜ੍ਹਾ ਲੈ ਲਿਆ ਯਾਰ ਸੋਧਾ ਲਾਉਣ ਦਾ ਨਾਲੇ ਫਲਾਣਾ ਲਾਉਣ ਦਾ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਜਦ ਉਹਨਾਂ ਨੂੰ ਪਤਾ ਹੈ ਵੀ ਪੰਜਾਬ 'ਚ ਇਸ ਟਾਈਮ ਗੈਂਗਸਟਰ ਬਾਅਦ ਵੱਧ ਰਿਹਾ ਉਹ ਆਪਣਾ ਆਰਾਮ ਨਾਲ ਬੈਠੇ ਗੁਜਰਾਤ ਆਪਣੀ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਇਹੀ ਨਹੀਂ ਪਤਾ ਜਨਤਾ ਨੇ ਵਿਸ਼ਵਾਸ ਦਵਾ ਕੇ ਘਰ ਦਾ ਉਹਨੂੰ ਮੋਢੀ ਬਣਾ ਲਿਆ ਪੰਜਾਬ ਦਾ ਮੋਢੀ ਬਣਾ ਲਿਆ ਕਿ ਸਾਨੂੰ ਇਹ ਤੋਂ ਬਹੁਤ ਇੱਛਾ ਸੀ ਵੀ ਇਹ ਸਾਡੇ ਦੇਖ ਰੇਖ ਕਰੂਗਾ ਉਹ ਤਾਂ ਸਾਡੀ ਦੇਖ ਰੇਖ ਕਰਨ ਦੀ ਬਜਾਏ ਇਹ ਤਾਂ ਬੈਠੇ ਉੱਥੇ ਚੋਣ ਪ੍ਰਚਾਰ ਕਰ ਰਹੇ ਨੇ ਜਿੱਦਾਂ ਤੁਹਾਨੂੰ ਫੋਨ ਆਇਆ ਇਹ ਪਹਿਲਾਂ ਵੀ ਆਇਆ ਕਦੇ ਜਿੱਦਾਂ ਕਿ ਜਾਨੋ ਮਾਰ ਨਾ ਨਾ ਬਿਲਕੁਲ ਨਹੀਂ ਮੈਂ ਉਹਨੂੰ ਕਿਸੇ ਨੂੰ ਕਹਾਂ ਟਾਰਗੇਟ ਕਰਾਂ ਮੈਨੂੰ ਕੋਈ ਫੋਨ ਨਹੀਂ ਅੱਜ ਤੱਕ ਕਦੇ ਆਇਆ ਕੱਲ੍ਹ ਹੀ ਫੋਨ ਆਇਆ ਵਟਸਐਪ ਕਾਲ ਆਈ ਸੀਗੀ ਅਤੇ ਵੋਇਸ ਕਾਲ ਦੂਜੀ ਇਹਨਾਂ ਨੇ ਕਾਲ ਕਰ ਨਹੀਂ ਰਹੇ ਸੀ ਮੈਨੂੰ ਇਹ ਬਸ ਕਾਲਾਂ ਦੇ ਚੱਲਦੇ ਦੌਰਾਨ 'ਚ ਮੈਂ SHO ਸਾਹਿਬ ਨੂੰ ਵੀ ਨਜ਼ਰ ਦਿੱਤਾ ਸੀਗਾ ਜਦੋਂ ਵੀ ਕੋਈ ਵੀ ਬੰਦਾ ਅੰਮ੍ਰਿਤਪਾਲ ਦੇ ਖਿਲਾਫ ਬੋਲਦਾ ਤਾਂ ਉਹਨੂੰ ਧਮਕੀਆਂ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਕਿਉਂ ਬਈ ਸਾਡੇ ਪੰਜਾਬ ਪ੍ਰਧਾਨ ਨੂੰ ਧਮਕੀਆਂ ਆਈਆਂ ਕੱਲ੍ਹ ਵੀ ਸਾਡੇ ਕਈ ਹੋਰ ਸ਼ਿਵ ਸੈਨਿਕਾਂ ਨੂੰ ਧਮਕੀਆਂ ਆਈਆਂ ਨੇ ਕਿ ਅਸੀਂ ਇਹਦਾ ਮਤਲਬ ਇਹ ਸਾਡੀ ਵਰਡਿੰਗ ਸਹੀ ਹੈ ਨਾ ਵੀ ਜਿਹੜਾ ਅੰਮ੍ਰਿਤਪਾਲ ਉਹ ਅੱਤਵਾਦੀਆਂ ਦੇ ਖਾਲਿਸਤਾਨੀ ਆ ਜੇ ਚੁੱਪ ਕਰੇ ਬੰਦੇ ਨੂੰ ਆਪਾਂ ਵਾਰ ਵਾਰ ਕਰੀ ਜਾਵਾਂਗੇ ਤੈਨੂੰ ਇਹ ਸੇਖ ਅਤੇ ਮਜਬੂਰ ਯਾਰ ਫਿਰ ਤਾਂ ਕੁਛ ਬੋਲਣਾ ਹੀ ਪੈਂਦਾ ਨਾ ਆਪਣੀ ਹੱਕ ਦੀ ਆਵਾਜ਼ ਤਾਂ ਹੈਗੀ ਆ ਸਾਡੇ ਕੋਲ ਅਸੀਂ ਆਪਣੀ ਆਵਾਜ਼ ਜਨਤਾ ਅੱਗੇ ਰੱਖ ਸਕਦੇ ਹਾਂ ਧਮਕੀ ਭਰਿਆ ਤੁਹਾਨੂੰ ਫੋਨ ਆਇਆ ਉਹਦੇ ਵਿੱਚ ਅੰਮ੍ਰਿਤਪਾਲ ਦਾ ਕੋਈ ਜ਼ਿਕਰ ਹੋਇਆ ਸੀ ਬਿਲਕੁਲ ਨਹੀਂ ਜੀ ਹੋਇਆ ਹੈਗਾ ਅੰਮ੍ਰਿਤਪਾਲ ਦਾ ਜ਼ਿਕਰ ਮੈਂ ਸੀ ਨੂੰ ਨਹੀਂ ਕਰਦਾ ਹੈਗਾ ਉਹ ਤਾਂ ਸਿਰਫ ਇਹ ਗੱਲ ਕਰੀ ਹੈ ਵੀ ਹਾਂਜੀ ਤੁਹਾਡੇ ਸੂਰੀ ਦਾ ਅਸੀਂ ਸੋਧਾ ਲਾਤਾ ਹੁਣ ਤੇਰੀ ਅਤੇ ਤੇਰੇ ਪਰਿਵਾਰ ਬਾਰੇ ਸਾਨੂੰ ਪਤਾ ਹੈ ਤੇਰੀ ਵਾਰੀ ਹੈ ਆਪਣੀ ਬਾਂਦਰ ਸੈਨਾ ਬੰਦ ਕਰ ਲਓ ਟਾਈਮ ਵੀ ਕਹਿੰਦਾ ਸਾਡਾ ਜਗ੍ਹਾ ਵੀ ਸਾਡੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਰੋਜ਼ਾਨਾ ਟਾਈਮਜ਼ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਸਾਡੇ ਨਾਲ ਪੰਜਾਬ ਦੇ 22 ਪ੍ਰਧਾਨ ਸਿਵ ਸਨਵਾਲ ਠਾਕਰੇ ਦੇ ਹਰਪ੍ਰੀਤ ਸਿੰਘ ਲਾਲੀ ਜੁੜੇ ਹੋਏ ਨੇ ਕੱਲ੍ਹ ਇਹਨਾਂ ਨੂੰ ਫੋਨ ਆ ਰਿਹਾ ਕੱਲ੍ਹ ਤੋਂ ਇਹਨਾਂ ਨੂੰ ਇਹ ਕਿਹਾ ਗਿਆ ਕਿ ਜਿੱਦਾਂ ਸਦੀਰ ਸੂਰੀ ਦਾ ਸੋਧਾ ਲਾਇਆ ਗਿਆ ਉਸੇ ਤਰ੍ਹਾਂ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਸਾਰੇ ਦਾ ਸੋਧਾ ਲਾਇਆ ਜਾਵੇਗਾ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਜੀ ਕੱਲ੍ਹ ਤੁਹਾਨੂੰ ਕਿੰਨੇ ਕੁ ਵਜੇ ਜਿਹੜਾ ਫੋਨ ਆਇਆ ਜਾਂ ਕਦੋਂ ਤੋਂ ਫੋਨ ਆ ਰਹੇ ਨੇ ਜੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਕੋਲ ਪੈ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਚੈਨਲ ਲਈ ਵੀ ਜੋ ਤੁਸੀਂ ਸਾਡੇ ਲਈ ਟਾਈਮ ਕੱਢਿਆ ਜੀ ਬਾਕੀ ਰਹੀ ਕੱਲ੍ਹ ਕਾਲ ਆਉਣ ਦੀ ਕੱਲ੍ਹ ਦੁਪਹਿਰੇ ਇੱਕ ਅਨਨੋਨ ਨੰਬਰ ਤੋਂ ਮੈਨੂੰ ਫੋਨ ਆ ਰਹੇ ਸੀ ਕਈ ਵਾਰੀ ਆਏ ਨੇ ਜਿਸ ਸੰਬੰਧੀ ਉਹਨਾਂ ਦੀ ਵਰਡਿੰਗ ਇੱਕ ਸੀ ਕਿ ਅਸੀਂ ਸੂਰੀ ਦਾ ਸੋਧਾ ਲਾਤਾ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਸੋਧਾ ਲਾਉਣਾ ਤੇਰੇ ਕੋਲ ਰਫ ਲੈਂਗੁਏਜ ਬੋਲ ਰਿਹਾ ਸੀ ਉਹ ਕਹਿੰਦਾ ਤੇਰੇ ਕੋਲ ਦੋ ਬੱਚੇ ਨੇ ਤੂੰ ਫਲਾਣੀ ਜਗ੍ਹਾ ਰਹਿੰਦਾ ਤੂੰ ਢਿਮਕੀ ਜਗ੍ਹਾ ਰਹਿੰਦਾ ਇਸ ਤਰ੍ਹਾਂ ਸੋਧਾ ਲਾਉਣਾ ਆਪਣੀ ਬਾਂਦਰ ਸੈਨਾ ਨੂੰ ਬੰਦ ਕਰ ਲਓ ਆਪਣੀਆਂ ਦੁਕਾਨਦਾਰੀਆਂ ਨੂੰ ਬੰਦ ਕਰ ਲਓ ਉਹ ਇਸ ਦੇ ਸੰਬੰਧ ਵਿੱਚ ਮੈਂ ਤੁਰੰਤ ਕੱਲ੍ਹ SHO ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਵੀ ਅਵਗਤ ਕਰਾਤਾ ਸੀਗਾ ਉਹਨੂੰ ਸਕਰੀਨਸ਼ੋਟ ਭੇਜ ਅਤੇ ਨੰਬਰ ਭੇਜਤਾ ਔਰ ਐਨ ਮੌਕੇ 'ਤੇ ਮੈਂ DSP ਸਾਹਿਬ ਨੂੰ ਵੀ ਦੱਸਤਾ ਸੀ ਸੋ ਅੱਜ ਕਾਨੂੰਨ ਦੀ ਪ੍ਰਕਿਰਿਆ 'ਚ ਰਹਿਣ ਦੇ ਹੋਏ ਅਸੀਂ ਅੱਜ SSP ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਇਸ ਨੰਬਰ ਦੀ ਜਾਂਚ ਕਰਾਉਣ ਲਈ ਬੇਨਤੀ ਕਰਕੇ ਆਏ ਸੀ ਅੱਛਾ ਉਹਨਾਂ ਜਦੋਂ ਫੋਨ ਆਇਆ ਉਹਨਾਂ ਨੂੰ ਤੁਹਾਡੇ ਰਹਿਣ ਬਾਰੇ ਹੀ ਪਤਾ ਵੀ ਸਰੰਦ ਰਹਿ ਰਹੇ ਹੋ ਸਾਡੇ ਪਰਿਵਾਰ ਬਾਰੇ ਸਾਰੀ ਮਤਲਬ ਉਹਨਾਂ ਨੇ ਕਿਹਾ ਤੁਹਾਨੂੰ ਹਾਂਜੀ ਬਿਲਕੁਲ ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰੇ ਦੋ ਬੱਚੇ ਨੇ ਬੇਟਾ ਬੇਟੀ ਹੈ ਅਤੇ ਤੂੰ ਸਾਨੂੰ ਸ਼ਹਿਰ ਰਹਿੰਦਾ ਅਤੇ ਮੈਂ ਉਹਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਜੀ ਮੈਂ ਚਾਹੇ ਜਿੱਥੇ ਤੂੰ ਕਹਿੰਦਾ ਸੂਰੀ ਦਾ ਸੋਧਾ ਲਾਇਆ ਇਹ ਤੁਸੀਂ ਕੋਈ ਸੋਧਾ ਲਾਉਣ ਵਾਲੇ ਨਹੀਂ ਹੈਗੇ ਸੋਧਾ ਲਾਉਣਾ ਇਹਦੀਆਂ ਗੱਲਾਂ ਕੁਛ ਹੋਰ ਹੁੰਦੀਆਂ ਨੇ ਤੁਸੀਂ ਤਾਂ ਜਦੋਂ ਬੰਦੇ ਦਾ ਟਾਈਮ ਪੂਰਾ ਹੋ ਜਾਂਦਾ ਉਹਨੂੰ ਟਾਈਮ ਜਿੰਨਾ ਕੁ ਲਿਖਿਆ ਸੀ ਉਹ ਆਪਣੀ ਜ਼ਿੰਦਗੀ ਭੋਗ ਕੇ ਉਦੋਂ ਤੁਸੀਂ ਉਦੋਂ ਉਲਟਾ ਕ੍ਰੈਡਿਟ ਲੈਣਾ ਚਾਹੁੰਦੇ ਹੋ ਵੀ ਅਸੀਂ ਸੋਧਾ ਲਾਇਆ ਤੁਸੀਂ ਕੋਈ ਪਰਮਾਤਮਾ ਉੱਤੋਂ ਨਹੀਂ ਜੋ ਪਰਮਾਤਮਾ ਨੇ ਜਿੰਨੀ ਕਿਸਮਤ 'ਚ ਲਿਖੀ ਹੈ ਉਨੀ ਹੋਣੀ ਹੈ ਤਾਂ ਆਨੇ ਬਾਨੇ ਬਣ ਜਾਂਦੇ ਨੇ ਹੁਣ ਮੇਰੀ ਕਿਸਮਤ 'ਚ ਇਹ ਮੰਨ ਲਓ ਵੀ 50 ਸਾਲ ਦੀ ਲਿਖੀ ਹੈ ਕੱਲ੍ਹ ਮੈਂ ਮਰਦਾ ਵੀ ਹਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਮੈਨੂੰ ਉਹੀ ਮਾਰਨਗੇ ਆਪਣੀ ਜ਼ਿੰਦਗੀ ਹੈ ਤਾਂ ਖਤਮ ਹੋਣੀ ਹੈ ਜ਼ਰੂਰੀ ਨਹੀਂ ਹੈ ਉਹਨਾਂ ਨੇ ਕਿਹੜਾ ਕੋਈ ਠੇਕਾ ਥੋੜ੍ਹਾ ਲੈ ਲਿਆ ਯਾਰ ਸੋਧਾ ਲਾਉਣ ਦਾ ਨਾਲੇ ਫਲਾਣਾ ਲਾਉਣ ਦਾ ਉਹ ਮੈਂ ਇਸ ਗੱਲ ਨੂੰ ਅੱਗੇ ਜੋੜਦਾ ਹੋਇਆ ਕਈ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ
जब उन्होंने पता है भी पंजाब इस टाइम गैंगस्टरवाद बढ़ रहा है, वो अपने आराम नाल बैठे गुजरात अपनी चोन प्रचार कर रहे हैं। उन्होंने यही नहीं पता जनता ने विश्वास दवा के घर का उन्होंने मोढ़ी बना लिया, पंजाब का मोढ़ी बना लिया कि सानू ये तो बहुत इच्छा सी भी ये साढ़े देख रेख करेगा। उल्टा साड़ी देख रेख करने की बजाय ये तो बैठे उत्थे चोन प्रचार कर रहे हैं, पिछे छड़ता पंजाब खाली मरो बई, इन्हें सेहत तो कोई टेंशन नहीं। सो इन्हों भी बड़ी सीजन लेना चाहिए भी ये आके अपना पंजाब कन्नी भी ध्यान देन। ठीक है पार्टी से कोई मजबूरियां होंगे होनगियां जाना पै जाता है, असं इस चीज़ नहीं कहते कि चले गए तो गलत नहीं हो, लेकिन जी थोड़े तो मेन जिम्मेवारी पंजाब की दी हुई है तो अपनी ड्यूटी पूरी निभानी चाहिए है यार। जिदा तुम्हें फोन आया ये पहला भी आया कदम जिदा कि जानो मार ना ना बिल्कुल नहीं, मैं उन्होंने किसी को कह टारगेट करा मैं कोई फोन नहीं अज तक कद आया, कल ही फोन आया वट्सअप कॉल आई सी तो वॉयस कॉल दूजे इन्होंने कॉल कर नहीं रहे मैं ये वट्स कॉलों चलते दौरान च मैं SHO साहब न भी नज़र दिता स्क्रीनशॉट भेजते इस नंबर के तो अपने DSP साहब भी भेजते थे। सो इस प्रक्रिया अगे रखते हुए तो हूँ मैं SHO साहब मंग पत्र दिता जी। अच्छा पुलिस प्रशासन के वालों ये नहीं कहा गया भी ध्यान रखने के लिए ज कुछ क्या हो मैं अज प्रशासन करी तो बस यही हौसला जहाँ दिता भी ठीक है जी जो तुम नंबर भेजा से जाँच कर रहे हैं आना तो जवाब से दो लेने दो टुक जवाब से मंग की है नहीं प्रशासन तो नहीं मैं तो सरकार को भी कहना जो भी कोई भी बंदा अमृतपाल के खिलाफ बोलता है तो उन्होंने धमकिया आनी शुरू हो जाए ने क्यों बई साढ़े पंजाब प्रधान को धमकी आई हैं कल भी साढ़े कई होर शिव सैनिकों को भी धमकी आई ने कि असी यदा मतलब ये साड़ी वर्डिंग सही है ना भी जो अमृतपाल वो अतवादी है खालिस्तानी है क्यों जब असं वो खिलाफ कोई गल पाने भी यदि कोई एजेंसियां जाँच कर कुछ कर धमकी आनी शुरू हो जाए उन्होंने दसो जी की सुपना आता जी ਤੁਸੀਂ ਫਿਰ ਉਹਦੇ ਖਿਲਾਫ ਬੋਲੋ ਹੀ ਨਾ ਕਿਉਂ ਫਿਰ ਧਮਕਿਆ ਵੀ ਨਾ ਨਹੀਂ ਨਹੀਂ ਬੋਲੋ ਕਿਉਂ ਨਹੀਂ ਜੀ ਜਦੋਂ ਆਪਾਂ ਕਹਿ ਦਿੰਦੇ ਤੁਸੀਂ ਬੈਠੋ ਮੈਂ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਅਸੀਂ ਜਦ ਹੁਣ ਇੱਕ ਬੰਦਾ ਆਰਾਮ ਨਾਲ ਚੁੱਪ ਕਰਕੇ ਬੈਠਾ ਤੁਸੀਂ ਮੇਰੇ ਬਾਰੇ ਜਾਣ ਸਕਦੇ ਹੋ ਵੀ ਜਿੰਨੇ ਕੁ ਮੇਰੇ ਇੱਥੇ ਪਾਰਟੀ ਦੇ ਪ੍ਰੋਗਰਾਮ ਹੋਏ ਨੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੋਏ ਨੇ ਕਦੇ ਕੋਈ ਭੜਕਾਊ ਬਿਆਨ ਨਹੀਂ ਦਿੱਤਾ ਹੈਗਾ ਜੇ ਚੁੱਪ ਕਰੇ ਬੰਦੇ ਨੂੰ ਆਪਾਂ ਵਾਰ ਵਾਰ ਕਰੀ ਜਾਵਾਂਗੇ ਤੈਨੂੰ ਇਹ ਸੇਖ ਅਤੇ ਮਜਬੂਰਨ ਯਾਰ ਫਿਰ ਤਾਂ ਕੁਛ ਬੋਲਣਾ ਹੀ ਪੈਂਦਾ ਨਾ ਆਪਣੇ ਹੱਕ ਦੀ ਆਵਾਜ਼ ਤਾਂ ਹੈਗੀ ਆ ਸਾਡੇ ਕੋਲ ਅਸੀਂ ਆਪਣੀ ਆਵਾਜ਼ ਜਨਤਾ ਅੱਗੇ ਰੱਖ ਸਕਦੇ ਹਾਂ। ਅੱਛਾ ਜਿਹੜੀ ਧਮਕੀ ਭਰਿਆ ਤੁਹਾਨੂੰ ਫੋਨ ਆਇਆ ਉਹਦੇ ਵਿੱਚ ਅੰਮ੍ਰਿਤਪਾਲ ਦਾ ਕੋਈ ਜ਼ਿਕਰ ਹੋਇਆ? ਬਿਲਕੁਲ ਨਹੀਂ ਜੀ ਹੋਇਆ ਹੈਗਾ ਅੰਮ੍ਰਿਤਪਾਲ ਦਾ ਜ਼ਿਕਰ, ਮੈਂ ਇਸ ਚੀਜ਼ ਨੂੰ ਨਹੀਂ ਕਰਦਾ ਹੈਗਾ। ਉਹ ਤਾਂ ਸਿਰਫ ਇਹ ਗੱਲ ਕਰੀ ਹੈ ਵੀ ਹਾਂਜੀ ਤੁਹਾਡੇ ਸੂਰੀ ਦਾ ਅਸੀਂ ਸੋਧਾ ਲਾਤਾ, ਹੁਣ ਤੇਰੀ ਅਤੇ ਤੇਰੇ ਪਰਿਵਾਰ ਬਾਰੇ ਸਾਨੂੰ ਪਤਾ, ਤੇਰੀ ਵਾਰੀ ਹੈ ਆਪਣੀ ਬਾਂਦਰ ਸੈਨਾ ਬੰਦ ਕਰ ਲਓ। ਆਹ ਗੱਲਾਂ ਹੋਈਆਂ ਨੇ ਵੀ ਤੇਰਾ ਸੋਧਾ ਲਾਉਣਾ ਜਾਂ ਉਹ ਵੀ ਲਾਉਣਾ, ਟਾਈਮ ਵੀ ਕਹਿੰਦਾ ਸਾਡਾ ਜਗ੍ਹਾ ਵੀ ਸਾਡੀ। ਮੈਂ ਉਹਨੂੰ ਕਿਹਾ ਮੈਂ ਕਿਹਾ ਸ਼੍ਰੀ ਮਾਨ ਜੀ ਮੈਨੂੰ ਕੋਈ ਚੱਕਰ ਨਹੀਂ ਹੈਗਾ, ਕੋਈ ਮੈਂ ਉਹ ਨਹੀਂ ਹੈਗਾ, ਡਰਦਾ ਨਹੀਂ ਕਿਸੇ ਤੋਂ ਕੁਝ ਨਹੀਂ, ਜਦ ਮੈਂ ਕੋਈ ਕੰਮ ਗਲਤ ਨਹੀਂ ਕੀਤਾ ਤਾਂ ਮੈਨੂੰ ਡਰ ਕਿਸ ਚੀਜ਼ ਦਾ? ਸੂਰੀ ਸਾਹਿਬ ਆਪਣੀ ਉਮਰ ਭੋਗ ਕੇ ਜਿੰਨੀ ਮੇਰੀ ਲਿਖੀ ਹੋਊਗੀ ਮੈਂ ਭੋਗ ਲੂੰਗਾ, ਡਰ ਤਾਂ ਸਾਨੂੰ ਕੋਈ ਇਸ ਚੀਜ਼ ਦਾ ਨਹੀਂ ਹੈ, ਅਸੀਂ ਤਾਂ ਖੁੱਲ੍ਹਿਆਂ ਫਿਰ ਰਹੇ ਹਾਂ, ਸੇਵਾ ਕਰਦੇ ਫਿਰ ਰਹੇ ਹਾਂ। ਆ ਹੁਣ ਵੀ ਇਹ ਜਸਟ ਸਿੱਧਾ ਮਾਂ ਸ਼ਮਸ਼ਾਨ ਘਾਟ 'ਚੋਂ ਹੀ ਆ ਰਹੇ ਹਾਂ ਅਤੇ ਸੰਸਕਾਰ ਸੀਗਾ ਇੱਕ ਲਵਾਰਸਾ ਅਸੀਂ ਕੀਤਾ। ਆ ਸਾਡੇ ਤਾਂ ਪਾਰਟੀ ਅਤੇ ਸਾਡੇ ਪੰਜਾਬ ਪ੍ਰਧਾਨ ਕੰਨੀ ਤੋਂ ਬਹੁਤ ਸਖ਼ਤ ਹਦਾਇਤਾਂ ਨੇ ਵੀ ਤੁਸੀਂ ਕਿਸੇ ਦੀ ਕਮਿਊਨਿਟੀ ਬਾਰੇ ਭੜਕਾਊ ਬਿਆਨ ਨਹੀਂ ਦੇਣਾ। ਸਿਰਫ ਸਾਡੀ ਸ਼ਿਵ ਸੈਨਾ ਬਾਲ ਠਾਕ ਰਹੀ ਹੈ, ਇਹਨਾਂ ਦੀ ਸੋਚ ਹੈ ਕਿ ਹਿੰਦੂ ਮੁਸਲਿਮ ਸਿੱਖ ਇਸਾਈ ਸਭ ਦਾ ਸਨਮਾਨ ਕਰੋ, ਕਿਸੇ ਖਿਲਾਫ਼ ਕੋਈ ਭੜਕਾਊ ਬਿਆਨ ਨਾ ਦਿਓ। ਇਹ ਸਾਡੇ ਸਾਰੇ ਟੀਮ ਨੂੰ ਵੀ ਪੂਰੇ ਪੰਜਾਬ ਦੇ ਅਹੁਦੇਦਾਰਾਂ ਨੂੰ ਵੀ ਪ੍ਰਧਾਨ ਜੀ ਕੋਲੋਂ ਸਖ਼ਤ ਹਦਾਇਤਾਂ ਨੇ ਵੀ ਕੋਈ ਭੜਕਾਊ ਬਿਆਨ ਨਾ ਹੀ ਅਸੀਂ ਦਿੰਦੇ ਜੀ। ਸਾਨੂੰ ਲੋੜ ਵੀ ਕੀ ਹੈ ਭੜਕਾਊ ਬਿਆਨ ਦੇਣ ਦੀ? ਅਸੀਂ ਆਪਣੇ ਜਿੰਨੇ ਲੋਕ ਹੈਗੇ ਹਾਂ ਸੰਸਥਾ 'ਚ ਜੁੜੇ ਹਾਂ ਜਿੰਨੀ ਕੁ ਸੇਵਾ ਦਿੰਦੇ ਅਸੀਂ ਕਰੀ ਜਾ ਰਹੇ ਹਾਂ ਜੀ। ਅਤੇ ਜਿੱਦਾਂ ਕਿ ਤੁਸੀਂ ਅੰਮ੍ਰਿਤਪਾਲ ਦੀ ਗੱਲ ਤਾਂ ਫਿਰ ਉਹਦੇ 'ਤੇ ਬਿਆਨ ਵੀ ਨਾ ਦੇਣੇ ਚਾਹੀਦੇ ਕਿਉਂਕਿ ਤੁਸੀਂ ਕਿਹਾ ਵੀ ਜਦੋਂ ਮੈਂ ਅੰਮ੍ਰਿਤਪਾਲ ਦਾ ਬਿਆਨ ਦਿੱਤਾ ਮੈਨੂੰ ਉਹ ਤੋਂ ਬਾਅਦ ਮੈਂ ਅੰਮ੍ਰਿਤਪਾਲ ਦੀ ਗੱਲ ਨੂੰ ਅੱਗੇ ਲੈ ਕੇ ਚੱਲ ਪੈਂਦਾ। ਆ ਹੁਣ ਹੀ ਭਰ ਕੇ DSP ਦੀ ਪੰਜਾਬ ਸਾਹਿਬ ਨੇ ਕਿਹਾ ਸੀਗਾ ਵੀ ਜਿਹੜਾ ਗੰਦ ਕਲਚਰ ਖਤਮ ਕਰਨਾ, ਕੋਈ ਬੰਦੇ ਦੀ ਫੋਟੋ ਹੈ ਕੁਛ ਵੀ ਆ ਉੱਥੇ ਪਰਚਾ ਦਰਜ ਕਰਨਾ, ਆਪਾਂ ਹਥਿਆਰ ਸ਼ੋਅ ਨਹੀਂ ਕਰ ਸਕਦੇ। ਜੋ ਇਹ ਕੀ ਨਾਮ ਦੱਸਿਆ ਤੁਸੀਂ ਅੰਮ੍ਰਿਤਪਾਲ, ਜਿਹੜਾ ਇਹਦੇ ਕੰਮ ਦੀ ਸਲਾਹ ਹੈ ਉਹ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਅੰਮ੍ਰਿਤ ਚਕਾ ਕੇ ਮੁੰਡਿਆਂ ਨਸ਼ਾ ਕਿਉਂ ਛੱਡ ਰਿਹਾ ਅਤੇ ਉਹਦੀ ਸਲਾਹ ਹੈ। ਲੇਕਿਨ ਹੁਣ ਜਦੋਂ ਇਹਦੇ ਵੀ ਕਾਫਲਾ ਚੱਲ ਰਿਹਾ ਹੈ ਉਸ ਕਾਫਲੇ 'ਚ 30-30 ਤਾਂ ਗੱਡੀਆਂ ਨੇ ਜੀ, ਔਰ ਕੱਲ੍ਹ ਦੀ ਮੈਂ ਇੱਥੇ ਘੇਟ ਹੈ ਅਤੇ ਨਾਲੇ ਦੇ ਫਿਰ ਉਹੀ ਅਸਲਾ ਚੱਕੀ ਬੰਦੇ ਖੜ੍ਹੇ ਨੇ ਜਿਹਦੀ ਕਿ ਰੋਕ ਲਾਈ ਸੀ। ਇਹਦਾ ਮਤਲਬ ਜਿਹੜੀ ਰੋਕ ਹੈ ਸਿਰਫ ਹਿੰਦੂ ਪ੍ਰਧਾਨਾਂ ਦੇ ਉੱਤੇ ਰੋਕ ਹੈ, ਹਿੰਦੂ ਕਮਿਊਨਿਟੀ ਦੇ ਉੱਤੇ ਰੋਕ ਲਾ ਸਕਦੇ ਨਹੀਂ ਕਾਨੂੰਨ, ਅਤੇ ਉਹ 'ਤੇ ਕੋਈ ਰੋਕ ਨਹੀਂ ਹੈ ਕਿ ਉਹ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ। ਇੱਕ ਬੱਚਾ ਫੋਟੋ ਚੱਕ ਕੇ ਜਦੋਂ ਫੋਟੋ ਖਿਚਾ ਲੈਂਦਾ 10 ਸਾਲ ਦਾ ਉਹ 'ਤੇ ਪਰਚਾ ਦਰਜ ਹੋ ਜਾਂਦਾ ਵੀ ਗੰਨ ਸ਼ੋਅ ਨਹੀਂ ਜੀ ਕਰਨੀ। ਜਿਹੜੇ ਉਹ ਸ਼ਰਿਆਮ ਕਰ ਰਹੇ ਨੇ ਜਿਹੜੀ ਉਹਨਾਂ ਦੀ ਵਧੀਆ ਗੱਲ ਹੈ ਉਹਨੂੰ ਮੈਂ ਸ਼ਲਾਘਾ ਕੀਤੀ ਹੋਇਆ, ਪਰ ਜਿਹੜੀ ਇਹ ਗੰਨ ਕਲਚਰ ਨੂੰ ਕਹਿੰਦੇ ਜੀ ਸਾਡੇ ਤਾਂ ਜੀ ਹਥਿਆਰ ਹੈ ਅਸੀਂ ਨਹੀਂ ਜੀ ਜਿੰਨਾ ਵੈਰੀਫਿਕੇਸ਼ਨ ਕਰਨੀ ਹੈ ਅਸੀਂ ਤਾਂ ਲੈ ਕੇ ਚੱਲਾਂਗੇ ਜੀ 'ਚ ਹਿੰਮਤ ਹੈਗੀ ਆ ਸਾਨੂੰ ਹਟਾ ਕੇ ਦਿਖਾਓ, ਅੰਮ੍ਰਿਤਪਾਲ ਕਹਿ ਰਹੇ ਜੀ। ਚਲੋ ਮੁੱਖ ਦੀ ਗੱਲ ਇਹ ਆ ਤੁਹਾਨੂੰ ਧਮਕੀ ਆਈ ਆ ਅਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੋਈ ਇਹ ਨਹੀਂ ਕਹਿੰਦੇ ਵੀ ਮੇਰੀ ਸੁਰੱਖਿਆ ਵਧਾਈ ਜਾਵੇ? ਪ੍ਰਸ਼ਾਸਨ ਨੇ ਦੇਖਣਾ ਜੀ,
ਇਹ ਤਾਂ ਸਾਨੂੰ ਤਾਂ ਕੋਈ ਉਹ ਨਹੀਂ ਹੈ ਤਾਂ ਪ੍ਰਸ਼ਾਸਨ ਨੇ ਦੇਖਣਾ ਕਿ ਸਾਨੂੰ ਕਿਸੇ ਸੁਰੱਖਿਆ ਦੀ ਲੋੜ ਹੈ ਜਾਂ ਨਹੀਂ ਹੈ। ਤੁਸੀਂ ਮੰਗ ਨਹੀਂ ਕਰੀ ਜੀ? ਨਹੀਂ ਮੰਗ ਦੀ ਅਸੀਂ, ਦੇਖੋ ਆਹ ਨੰਬਰ ਜਿਹੜਾ ਸੀਗਾ ਆ ਮੈਂ ਤੁਹਾਨੂੰ ਦੱਸ ਸਕਦਾ। ਤਸਵੀਰਾਂ ਤੁਹਾਡੀਆਂ ਜ਼ਰੂਰ ਲਵਾਂਗੇ ਜੀ। ਬਿਲਕੁਲ, ਇਹ ਨੰਬਰ ਤੋਂ ਜਿਹੜੀਆਂ ਮੈਂ ਤੁਹਾਨੂੰ ਧਮਕੀਆਂ ਸੀਗੀਆਂ ਮੈਂ ਸਾਫ਼ ਦੱਸਤੀਆਂ ਸੀਗੀਆਂ ਵੀ ਆਹ ਨੰਬਰ ਹੈ ਜੀ, ਆਹ ਲਓ ਆਹ ਤੁਸੀਂ ਦੇਖ ਸਕਦੇ ਹੋ ਵਿਦੇਸ਼ੀ ਨੰਬਰ ਜੀ। ਜੀ ਹਾਂ, ਸੌਟ ਲੈ ਲਾਂਗੇ ਤੁਹਾਡੇ। ਹਾਂ ਹਾਂ ਠੀਕ ਹੈ ਜੀ। ਅਤੇ ਆਹ ਨੰਬਰ ਦੀ ਉਹ ਮੈਂ ਕਿਹਾ ਜਾਂਚ ਕੀਤੀ ਜਾਵੇ, ਪਤਾ ਕੀਤਾ ਜਾਵੇ। ਐਫ ਆਈ ਆਰ ਤੁਸੀਂ ਦਰਜ ਕਰਵਾਇਆ? ਜੀ ਸਰ, ਮੈਂ SSP ਸਾਹਿਬ ਨੂੰ ਆਪਣਾ ਮੰਗ ਪੱਤਰ ਦਿਆ ਹੈ ਜੀ। ਅੱਗੇ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਨੇ ਕਿਵੇਂ ਅੱਗੇ ਇਸ ਚੀਜ਼ ਨੂੰ ਉਹ ਕਰਨਾ ਹੈ ਅਤੇ ਜੋ ਬਣਦੀ ਹੈ ਸਖ਼ਤ ਕਾਰਵਾਈ ਕਰਨ ਦੀ ਇਹਨਾਂ ਨੂੰ ਲੋੜ ਹੈ। ਜੇ ਮੇਰੀ ਇਹ ਨਹੀਂ ਹੈ ਕਾਰਵਾਈ ਕਰਨ ਨਾਲ ਕੋਈ ਮੈਂ ਵੱਡਾ ਨਹੀਂ ਹੋ ਜਾਣਾ, ਮੇਰੇ ਕਹਿਣ ਦਾ ਮਤਲਬ ਕਾਰਵਾਈ ਤਾਂ ਅਸੀਂ ਤਾਂ ਮੰਗ ਕਰਦੇ ਹਾਂ ਕਿ ਅੱਗੇ ਨੂੰ ਜਿਹੜੇ ਇਹੋ ਜਿਹੇ ਬੰਦੇ ਨੇ ਇਹਨਾਂ ਨੂੰ ਨੱਥ ਪੈ ਜਾਵੇ, ਇਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਦੂਜਾ ਬੰਦਾ ਸੋਚੇ ਹੀ ਨਾ ਕੋਈ ਬਿਆਨ ਦੇਣ ਲੱਗੇ ਜਾਂ ਕਿਸੇ ਨੂੰ ਧਮਕੀ ਦੇਣ ਲੱਗੇ। ਧੰਨਵਾਦ ਟਾਈਮ ਦਿੱਤਾ ਤੁਸੀਂ ਜੀ। ਅਤੇ ਇਹ ਸੰਗ ਹਰਪ੍ਰੀਤ ਸਿੰਘ ਲਾਲੀ ਜੋ ਸ਼ਿਵ ਸੈਨਾ ਬਾਲ ਠਾਕਰੇ ਦੇ ਵਾਈਸ ਪ੍ਰਧਾਨ ਨੇ ਪੰਜਾਬ ਦੇ। ਸੌਰੀ ਮੈਂ ਤੁਹਾਡੀ ਗੱਲ ਇੱਥੇ ਇੱਕ ਹੋਰ ਕਰ ਰਹੇ ਹਾਂ, ਜਿਹੜੀ ਕਿ ਮੈਂ ਅੰਮ੍ਰਿਤਪਾਲ ਦੇ ਕਾਫਲੇ ਦੀ ਆਪਾਂ ਗੱਲ ਕਰ ਰਹੇ ਸੀਗੇ ਵੀ ਅੰਮ੍ਰਿਤਪਾਲ ਦਾ ਕਾਫਲਾ ਚੱਲ ਰਿਹਾ, ਉਹਨੇ ਫਤਿਹਗੜ੍ਹ ਸਾਹਿਬ ਆਉਂਦਾ ਜਾਂ ਕਿਤੇ ਵੀ ਆਉਂਦਾ, ਜੀ ਸਦਕੇ ਆਵੇ, ਜੀ ਸਦਕੇ ਗੁਰਦੁਆਰੇ ਜਾਵੇ, ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਸਾਡੇ ਲਈ ਸਾਰੇ ਧਰਮ ਸਥਾਨ ਇੱਕ ਨੇ। ਹਾਂ ਅਗਰ ਅਸੀਂ ਉਹ ਤਾਂ ਵਿਰੋਧ ਉਦੋਂ ਕਰਾਂਗੇ ਜੇ ਅਗਰ ਉਹ ਆਪਣੀ ਜਿਹੜੀ ਗੱਡੀਆਂ 'ਚ ਆਉਣਗੇ ਆਲੇ ਦੁਆਲੇ ਲਟਕ ਕੇ ਉਹਨਾਂ ਕੋਲ ਗੰਨਾ ਹੋਣਗੀਆਂ ਫਿਰ ਅਸੀਂ ਉਸ ਦਾ ਵਿਰੋਧ ਕਰਾਂਗੇ, ਡਟ ਕੇ ਕਰਾਂਗੇ, ਫਿਰ ਸਾਨੂੰ ਕੋਈ ਪ੍ਰਸ਼ਾਸਨ ਦਾ ਡਰ ਨਹੀਂ, ਕੋਈ ਕੁਛ ਨਹੀਂ। ਅਸੀਂ ਕਾਨੂੰਨ 'ਚ ਰਹਿੰਦੇ ਹੋਏ DGP ਸਾਹਿਬ ਦਾ ਹੁਕਮ ਸੀਗਾ ਵੀ ਕੋਈ ਗੱਲ ਨਹੀਂ ਦਿਖਾਉਣੀ, ਨਾਲ ਕੋਈ ਅਸਲਾ ਲੈ ਕੇ ਨਹੀਂ ਚੱਲਣਾ। ਅਗਰ ਉਹ ਅਸਲਾ ਲੈ ਕੇ ਇੱਥੇ ਆਉਂਦਾ ਮੱਥਾ ਟੇਕਣ ਜਾਵੇ, ਜੀ ਸਦਕੇ ਜਾਵੇ, ਲੇਕਿਨ ਉਹ ਅਸੀਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਆਪਣਾ ਅਸਲਾ ਉਹ ਕਿਤਿਆ। ਉਸ ਤੋਂ ਪਹਿਲਾਂ ਇਹੀ ਹੈ ਵੀ ਮਾਹੌਲ ਖਰਾਬ ਨਾ ਹੋਵੇ, DGP ਸਾਹਿਬ ਨੂੰ ਬੇਨਤੀ ਇਹੀ ਹੈ ਵੀ ਉਸ 'ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਅਸਲਾ ਦਿਖਾਓ ਸ਼ੋਅ ਕਰਨ ਦੀ ਉਹ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੇ ਟਾਈਮ 'ਚ ਹੋ ਸਕਦਾ ਰਿਜ਼ਲਟ ਬਹੁਤ ਖਤਰਨਾਕ ਨਿਕਲ ਕੇ। ਔਰ ਮੁੜ ਕੇ ਜੇ ਤੁਹਾਨੂੰ ਦੁਬਾਰਾ ਫੋਨ ਕਾਲ ਇੱਦਾਂ ਦੀ ਆਈ ਜਾਂ ਤੁਹਾਨੂੰ ਫਿਰ ਧਮਕੀ ਭਰਿਆ ਫੋਨ ਆਇਆ, ਡਰ ਕੋਈ ਨਹੀਂ, ਸ਼ਹਿਰਾਂ ਫਿਰ ਰਹੇ ਹਾਂ ਜੀ, ਡਰ ਕੋਈ ਨਹੀਂ, 1% ਡਰ ਨਹੀਂ ਹੈਗਾ, ਚਾਹੇ ਇੱਕ ਵਾਰ ਕਿਉਂ 10 ਵਾਰ ਆਉਣ, ਆਉਣ ਤਾਂ ਸਹੀ, ਮੈਂ ਤਾਂ ਇਕੱਲੇ ਹੀ ਫਿਰ ਰਹੇ ਹਾਂ, ਆਉਣ ਤਾਂ ਸਹੀ। ਪਤਾ ਨਹੀਂ ਲੋਕਾਂ ਦੀਆਂ ਦੁਕਾਨਦਾਰੀਆਂ ਨੇ ਧਮਕੀਆਂ ਦੇ ਕੇ ਅੱਗੇ ਭੇਜ ਦੇਣੇ ਨੇ ਜੀ, ਹਾਂਜੀ ਅਸੀਂ ਫਲਾਣੇ ਨੂੰ ਧਮਕੀ ਦਿੱਤੀ, ਫੰਡਿੰਗ ਆ ਜੂਗੀ, ਇਹ ਤਾਂ ਦੁਕਾਨਦਾਰੀ ਇਹਨਾਂ ਦੀਆਂ, ਲੇਕਿਨ ਟੈਨਸ਼ਨ ਕੋਈ ਨਹੀਂ। ਰਾਤ ਪਰਿਵਾਰ 'ਚ ਵੀ ਗੱਲ ਚੱਲ ਰਹੀ ਸੀ, ਸਾਡੇ ਬੱਚਿਆਂ ਨਾਲ ਵੀ ਗੱਲ ਚੱਲ ਰਹੀ ਸੀ, ਉਹ 1% ਵੀ ਕਿਸੇ ਨੂੰ ਟੈਨਸ਼ਨ ਨਹੀਂ, ਕਹਿੰਦੇ ਬਾਬੀ ਤੁਸੀਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਹੋ, COO 'ਚ ਲੱਗੋ ਲੱਗੇ ਰਹੋ ਜੀ, ਟੈਨਸ਼ਨ ਕੋਈ ਨਹੀਂ ਹੈ, ਇਹ ਪ੍ਰਸ਼ਾਸਨ ਨੇ ਦੇਖਣਾ ਹੈ ਸਾਡੀ ਸੁਰੱਖਿਆ ਬਾਰੇ। ਅਤੇ ਇਹ ਸਨ ਸ਼ਿਵ ਸੈਨਾ ਬਾਲ ਠਾਕਰੇ ਦੇ ਵਾਈਸ ਪ੍ਰਧਾਨ ਫਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ਲਾਲੀ। ਇਹਨਾਂ ਨੂੰ ਕੱਲ੍ਹ ਦੇ ਫੋਨ ਆ ਰਹੇ ਨੇ ਧਮਕੀ ਭਰੇ, ਅਤੇ ਜਿਸ ਤੋਂ ਬਾਅਦ ਜ਼ਿਲ੍ਹੇ ਦੇ SSP ਨੂੰ FIR ਦਰਜ ਕਰ ਦਿੱਤੀ ਆ ਅਤੇ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।